ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਲਈ ਹੁਣ ਮਦਦ ਲਈ ਹੱਥ ਉੱਠਣ ਲੱਗੇ ਨੇ। ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਚੰਡੀਗੜ੍ਹ ਦੇ ਡਾਕਟਰ ਗੁਰਮੋਹਨ ਸਿੰਘ ਸੰਧੂ ਸੋਮਵਾਰ ਨੂੰ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਜੱਦੇ ਪਿੰਡ ਵੇਈਂਪੁਰੀ ਪੁੱਜੇ। ਇਸ ਦੌਰਾਨ ਡਾਕਟਰ ਸੰਧੂ ਨੇ ਸ਼ਹੀਦ ਦੀ ਵੱਡੀ ਬੇਟੀ ਸਿਮਰਨਦੀਪ ਕੌਰ ਨੂੰ ਗੋਦ ਲੈਣ ਦਾ ਐਲਾਨ ਕੀਤਾ। ਡਾਕਟਰ ਸੰਧੂ ਨੇ ਕਿਹਾ ਕਿ ਉਹ ਸਿਮਰਨਦੀਪ ਕੌਰ ਦੀ ਪੂਰੀ ਪੜ੍ਹਾਈ ਅਤੇ ਵਿਆਹ ਤੱਕ ਦਾ ਖਰਚ ਚੁੱਕਣਗੇ। ਸਿਮਰਨਦੀਪ ਕੌਰ ਭਵਿੱਖ ਵਿੱਚ ਜੋ ਬਣਨਾ ਚਾਹੁੰਦੀ ਹੈ ਉਸ ਦੀ ਪੂਰੀ ਮਦਦ ਕਰਨਗੇ। ਇਸ ਮੌਕੇ ਉਹਨਾਂ ਨੇ ਸ਼ਹੀਦ ਦੇ ਪਰਿਵਾਰ ਨੂੰ 1 ਲੱਖ ਰੁਪਏ ਤੱਕ ਦੀ ਰਾਸ਼ੀ ਭੇਟ ਕੀਤੀ। ਜ਼ਿਕਰ ਖਾਸ ਹੈ ਕਿ ਇਸ ਪਰਿਵਾਰ ਨੇ ਪਹਿਲਾਂ ਵੀ ਇੱਕ ਦਲਿਤ ਪਰਿਵਾਰ ਦੀ ਲੜਕੀ ਨੂੰ ਗੋਦ ਲਿਆ ਜੋ ਇਸ ਸਮੇਂ ਚੰਡੀਗੜ੍ਹ ਦੇ ਕਾਲਜ ਵਿੱਚ ਪੜ੍ਹਾਈ ਕਰ ਰਹੀ ਹੈ। ਔਰ ਸਾਡੇ ਹਰ ਹਿੰਦੁਸਤਾਨੀ ਦੇ ਸਿਰ ਨੂੰ ਉਹਨਾਂ ਹੱਥ ਪਾਇਆ, ਇਕੱਲਾ ਪਰਮਜੀਤ ਸਿੰਘ ਦੇ ਨਹੀਂ ਪਿਆ, ਅਸੀਂ ਪਰਿਵਾਰ ਦੇ ਨਾਲ ਹਮਦਰਦੀ ਕਰਨਾ ਹੈ। ਔਰ ਸਾਡੇ ਦੋਸਤ ਸਰਦਾਰ ਜਸਪਾਲ ਸਿੰਘ ਜੀ ਹੁਣੀ ਅੰਮ੍ਰਿਤਸਰ ਤੋਂ ਔਰ ਸਰਦਾਰ ਗੁਰਮੋਹਨ ਸਿੰਘ ਜੀ ਜਿਨ੍ਹਾਂ ਨੇ ਡਾਕਟਰ ਨੇ ਡਾਕਟਰ ਗੁਰਮੋਹਨ ਸਿੰਘ ਜੀ ਚੰਡੀਗੜ੍ਹ ਤੋਂ, ਇਹਨਾਂ ਨੇ ਇੱਕ ਬੱਚਾ ਡਾਕਟਰ ਦਾ ਖਰਚਾ ਜਿਹੜਾ ਸਾਰਾ ਮਾਦੀ ਮਾਲੀ ਮਦਦ ਇਹ ਸਾਰੀ ਕਰਨਗੇ, ਪੜ੍ਹਾਈ ਤੋਂ ਲੈ ਕੇ ਮੈਰਿਜ ਤੱਕ ਦੀ। ਜਿਸ ਵੀ ਉੱਚ ਸਿੱਖਿਆ ਸੰਸਥਾਨ 'ਚ ਪੜ੍ਹਾਉਣਾ ਚਾਹੁਣ ਕਿਸੇ ਵੀ ਲੈਵਲ, ਬੱਚੀ ਦੋਨਾਂ 'ਚੋਂ ਇੱਕ ਬੱਚੀ ਨੂੰ ਫਾਈਨੈਂਸ਼ੀਅਲੀ ਮਦਦ ਕਰਨੀ ਐਜੂਕੇਸ਼ਨ ਵਾਸਤੇ, ਜਿੰਨਾ ਮਰਜ਼ੀ ਪੜ੍ਹੇ ਉਹਨੇ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਸਿਵਲ ਸਰਵਿਸਿਜ਼ ਬਣਨਾ, ਅਸੀਂ ਫੁੱਲੀ ਉਹਦੀ ਐਜੂਕੇਸ਼ਨ ਨੂੰ ਸਪੋਂਸਰ ਕਰਾਂਗੇ ਐਂਡ ਵੀ ਆਰ ਰੈਡੀ। ਜੇ ਉਹ ਚੰਡੀਗੜ੍ਹ 'ਚ ਬੈਸਟ ਸਕੂਲ 'ਚ ਪੜ੍ਹਨਾ ਚਾਹੁੰਦੀ ਆ, ਅੰਮ੍ਰਿਤਸਰ 'ਚ, ਤਰਨ ਤਾਰਨ 'ਚ, ਵੇਅਰ ਐਵਰ, ਵੀ ਵਿਲ ਫਾਈਨੈਂਸ ਆਲ ਹਰ ਐਜੂਕੇਸ਼ਨ। ਔਰ ਇਹਦੀ ਮੈਰਿਜ ਦਾ ਵੀ ਐਕਸਪੈਂਸ ਜਿਹੜੀ ਆ ਉਹ ਸਾਡੀ ਫੈਮਿਲੀ ਬੋਰਨ ਕਰੇਗੀ ਜੀ। ਇਹ ਇੱਕ ਬਹੁਤ ਹੰਬਲ ਸਾਡੀ ਕੰਟਰੀਬਿਊਸ਼ਨ ਔਰ ਸਲੂਟ ਹੈ ਉਸ ਮਾਰਟਰ ਲਈ ਜਿਹਨੇ ਦੇਸ਼ ਲਈ ਐਡਾ ਸੈਕਰੀਫਾਈਸ ਕੀਤਾ।